ਪਾਤੜਾ ਮੰਡਲ ਦੇ ਕਸਬਾ ਘੱਗਾ ਦੇ ਵਿੱਚ ਬੀਤੀ ਰਾਤ ਡਾਕਾ ਪਿਆ ਔਰ ਇਸ ਘਰ ਦੇ ਵਿੱਚ ਤੁਸੀਂ ਦੇਖ ਰਹੇ ਹੋ, ਇਸ ਦੇ ਵਿੱਚ ਦੁਕਾਨ ਵੀ ਹੈ ਔਰ ਇੱਥੇ ਮਾਲਿਕ ਵੀ ਉੱਥੇ ਰਹਿੰਦਾ ਹੈ, ਗੱਲਬਾਤ ਕਰਦੇ ਇੱਥੇ ਲੋਕ ਖੜੇ ਹੈ। ਆਪੇ ਜੀ ਕੀ ਨਾਮ ਤੁਹਾਡਾ? ਮੇਰਾ ਨਾਮ ਹਰਵੰਸ ਰਾਮ ਹੈ ਜੀ। ਜਿਹੜੀ ਇਹ ਘਟਨਾ ਹੋਈ ਹੈ ਉਹ ਤੁਸੀਂ ਕੀ ਕਹਿਣਾ ਜਿਸ ਤੇ ਸ੍ਰੀ ਅਮਰਦਾਸ ਨੂੰ ਧੱਕਾ ਪਿਆ? ਇਹ ਤਾਂ ਬਹੁਤ ਜ਼ਿਆਦਾ ਘਟਨਾ, ਬਹੁਤ ਗਲਤ ਕੰਮ ਆਈ ਹੈ। ਜੋ ਇਸ ਤੋਂ ਬਾਅਦ ਹੋਰ ਕੀ ਹੋਊਗਾ ਯਾਰ? ਅੱਤਵਾਦ ਚ ਵੀ ਨਹੀਂ ਇਹੋ ਜਿਹਾ ਕੰਮ ਹੋਇਆ ਜਿਹੋ ਜਿਹਾ ਅੱਜ ਕੱਲ੍ਹ ਹੋ ਰਿਹਾ ਜੀ। ਇਹ ਤਾਂ ਅੱਤਵਾਦ ਚ ਵੀ ਨਹੀਂ ਹੋਇਆ ਇਹੋ ਜਿਹਾ ਕੰਮ ਜੋ ਅੱਜ ਕੱਲ੍ਹ ਹੋਣ ਲੱਗ ਰਿਹਾ। ਇਹ ਖਾਣਾ ਬਿਲਕੁਲ ਨਾਲ ਹੈ, ਖਾਣਾ ਨਾਲ ਆ ਜੀ, ਜਮੀ ਬਿਲਕੁਲ ਨਾਲ ਆ ਜੀ। ਇਹ ਐ ਹੁਣ ਇਹ ਤਾਂ ਡਾਕਾ ਹੈ, ਡਾਕਾ ਜੀ ਇਹ, ਇਹ ਚੋਰੀ ਥੋੜੀ ਇਹਦਾ ਕੋਈ ਹੈ। ਜੇ ਇਸ ਤਰ੍ਹਾਂ ਹੋਣ ਲੱਗ ਜਾਂਦਾ ਪੰਜਾਬ ਖਤਮ ਹੀ ਹੋ ਗਿਆ ਜੀ। ਇਹ ਹੋਰ ਕੀ ਹੋ ਗਿਆ ਇਹ? ਥਾਣੇ ਵਾਲੇ ਕੁਛ ਕਰ ਨੀ ਸਕਦੇ, ਠੀਕ ਹੈ ਨਾ? ਇਹ ਥਾਣੇ ਵਾਲੇ ਵੀ ਕੁਛ ਕਰ ਸਕਦੇ ਨੇ। ਇਹ ਕੀ ਗਰੀਬ ਬੰਦੇ ਨੇ, ਦੁਕਾਨ ਤੋਂ ਕੰਮ ਨਾਲ ਚੱਲਦਾ ਹੈ, ਠੀਕ ਹੈ? ਨਹੀਂ ਕੁਛ ਹੁੰਦਾ ਤਾਂ ਹਾਂ ਫਿਰ ਜਵਾਬ ਦੇ ਦੇਣ ਪਿੰਡ ਨੂੰ ਕਹਿਣ ਨਾਲ, ਠੀਕ ਹੈ? ਇਹ ਮਾੜਾ ਕੰਮ ਹੋਇਆ, ਬਹੁਤ ਮਾੜਾ ਹੋਇਆ, ਚੰਗਾ ਨਹੀਂ ਹੋਇਆ। ਹਾਂ ਤੁਸੀਂ ਵੀਰ ਜੀ ਕੀ ਕਹੋਗੇ ਜਿਹੜੀ ਘਟਨਾ ਵਾਪਰੀ ਹੈ? ਅਸੀਂ ਇਸ ਘਟਨਾ ਬਾਰੇ ਕਹਾਂਗੇ ਵੀ ਪੂਰੀ ਮਾਰਕੀਟ ਦੇ ਵਿੱਚੋਂ ਰਾਤ ਨੂੰ ਡਕੈਤੀ ਹੋਈ ਹੈ, 30 ਤੋਂ 35 ਲੱਖ ਦੀ ਵੱਲੋਂ ਡਕੈਤੀ ਹੋਈ ਹੈ ਜੀ। ਇਹ ਬਿਲਕੁਲ ਸਾਡੇ ਥਾਣਾ ਵੀ 400 ਮੀਟਰ ਦੇ ਕੋਲੇ ਹੈ। ਰਾਤ ਨੂੰ ਨਾ ਤਾਂ ਕੋਈ ਪੈਟਰੋਲਿੰਗ ਚੱਲਦੀ ਹੈ, ਨਾ ਕੋਈ PCR ਆਉਂਦੀ ਜੀ ਇੱਥੇ। ਹੋਰ ਵੀ ਕਿਸੇ ਨੂੰ ਧਮਕੀ ਦਈ ਹੈ? ਮਤਲਬ ਤੁਹਾਨੂੰ ਕੀ ਕਹਿਆ ਉਹਨਾਂ ਨੇ ਕੁਛ? ਉਹਨਾਂ ਨੇ ਮੇਰੇ ਤੋਂ ਕੈਸ਼ ਲੈ ਕੇ, ਉਹਨੂੰ ਕਹਿੰਦੇ ਵੀ ਜਲਦੀ ਜਲਦੀ ਸਾਨੂੰ ਪੈਸੇ ਦੇ ਦਿਓ, ਅਸੀਂ ਇੱਕ ਵਾਰ ਜਾ ਤਾਂ ਹਲੇ ਹੋਰ ਕਰਨੀ ਹੈ ਕਹਿੰਦੇ। ਅੱਛਾ ਇੱਥੇ ਹੀ ਕਰਨੀ ਹੈ? ਹਾਂ ਇੱਥੇ ਕਰਨੀ ਹੈ ਅੱਗੇ ਕਹਿੰਦੇ। ਹਾਂਜੀ ਜਲਦੀ ਪੈਸੇ ਦਿਓ ਕਹਿੰਦੇ, ਜਲਦੀ ਪੈਸੇ ਦੇ ਦਿਓ। ਮੂੰਹ ਟੱਕੇ ਹੋਏ ਸੀ ਇਹਨਾਂ ਨੇ? ਹਾਂਜੀ ਮੂੰਹ ਟੱਕ ਸਾਰਿਆਂ ਦੇ ਟੱਕੇ ਸੀ, ਕੱਲੀ ਅੱਖਾਂ ਨੰਗੀਆਂ ਸੀ। ਮੋਨੇ ਸੀ ਸਰਦਾਰ? ਪਤਾ ਨਹੀਂ ਜੀ, ਟੋਪੀਆਂ ਲੈ ਰੱਖੀਆਂ ਸੀ, ਮਫਲਰ ਬੰਨੇ ਹੋਏ ਸੀਗੇ ਜੀ। ਦਰਸ਼ਨ ਜੀ ਇਹ ਜਿਹੜੀ ਘਟਨਾ ਇਨਫੋਰਮੇਸ਼ਨ ਕਿੰਨੇ ਵਜੇ ਪੁਲਿਸ ਨੂੰ ਮਿਲੀ ਹੈ ਔਰ ਕਿਸ ਤਰ੍ਹਾਂ ਤਹਿਕੀਕਾਤ ਚੱਲ ਰਹੀ ਹੈ ਤੁਹਾਡੀ? ਇਹ ਸੰਜੀਵ ਕੁਮਾਰ ਵਾਸੀ ਘੱਗਾ ਦੇ ਘਰ ਰਾਤ ਚੋਰੀ ਹੋਈ ਹੈ। ਸਵੇਰੇ ਸਾਨੂੰ ਤਕਰੀਬਨ 5-6 ਵਜੇ ਦੀ ਮੁਤਾਬਕ ਇਨਫੋਰਮੇਸ਼ਨ ਮਿਲੀ ਸੀ, ਅਸੀਂ ਮੁਕੱਦਮਾ ਦਰਜ ਹੈ, ਇਨਵੈਸਟੀਗੇਸ਼ਨ ਜਾਰੀ। ਦਰਸ਼ਨ ਜੀ ਚੋਰੀ ਨਹੀਂ ਕਹਿ ਸਕਦੇ, ਬੰਦੇ ਆਏ ਰਿਵਾਲਵਰ 'ਤੇ ਆ ਕੇ ਡਰਾ ਕੇ ਸਿੱਧੇ ਪੈਸੇ ਮੰਗ ਰਹੇ ਹੈ, ਇਹਨੂੰ ਤਾਂ ਆਪਾਂ ਡਾਕਾ ਹੀ ਕਹਾਂਗੇ, ਚੋਰੀ ਤਾਂ ਹੁੰਦੀ ਵੀ ਬੰਦੇ ਨੂੰ ਪਤਾ ਨਹੀਂ ਲੱਗੇ। ਇਨਵੈਸਟੀਗੇਸ਼ਨ ਕਰ ਰਿਹਾ, ਇਨਵੈਸਟੀਗੇਸ਼ਨ ਦੌਰਾਨ ਸਾਰਾ ਕੁਝ ਪਤਾ ਲੱਗੂਗਾ। ਤੁਹਾਡੀ ਹੁਣ ਤੱਕ ਕੀ ਤਹਿਕੀਕਾਤ ਦੇ ਕੋਈ CCTV ਵਗੈਰਾ ਦੇਖੇ ਤੁਸੀਂ? ਹਾਂਜੀ ਅਸੀਂ ਸਾਰਾ ਕੁਝ ਕਰ ਰਹੇ ਹਾਂ, ਜਿਹੜੇ ਅਸੀਂ ਆਲਮ ਤੁਹਾਡੇ ਲਈ ਓਪਨ ਨਹੀਂ ਕਰ ਸਕਦੇ, ਸਾਰਾ ਕੁਝ ਅਸੀਂ ਦੌਰਾਨੇ ਤਫਤੀਸ਼ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਂਗੇ। ਜਲਦੀ ਹੀ ਜਿਹੜੇ ਵਾਰਦਾਤ ਹੋਈ ਹੈ ਜਲਦੀ ਜਲਦੀ ਹੀ ਅਸੀਂ ਗ੍ਰਿਫਤਾਰ ਕਰ ਲਵਾਂਗੇ।